ਕ੍ਰਿਕਟ ਦਾ ਜਨੂਨ ਬੋਲਦਾ ਹੈ ਨੌਜਵਾਨਾਂ ਦੇ ਸਿਰ ਉੱਪਰ ਚੜ ਕੇ। ਜੇ ਆਪਾਂ ਗੱਲ ਕਰੀਏ ਸ਼ਹਿਰ ਬਰਨਾਲਾ ਦੀ ਤਾਂ ਉੱਥੇ ਦੇ ਇੱਕ ਸਮਾਜ ਸੇਵੀ ਰਿੰਪੀ ਬਾਂਸਲ, ਜਿਨ੍ਹਾਂ ਦਾ ਨਾਮ ਬਰਨਾਲੇ ਵਿੱਚ ਰਿੰਪੀ ਕੱਪੜਿਆਂ ਵਾਲੇ ਦੇ ਨਾਮ ਤੇ ਮਸ਼ਹੂਰ ਹੈ, ਜਿਨ੍ਹਾਂ ਨੇ ਨੌਜਵਾਨਾਂ ਨੂੰ ਕਈ ਪਿਛਲੇ ਦਹਾਕਿਆਂ ਤੋਂ ਕ੍ਰਿਕਟ ਨਾਲ ਜੋੜ ਕੇ ਨਸ਼ਿਆਂ ਦੀ ਮਾੜੀ ਕ੍ਰਿਤੀ ਤੋਂ ਦੂਰ ਕੀਤਾ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਾਰੇ ਹੀ ਨੌਜਵਾਨਾਂ ਨੂੰ ਗਰਾਊਂਡ ਵਿੱਚ ਇਕੱਠਾ ਕਰਕੇ ਕ੍ਰਿਕਟ ਗੇਮ ਵੱਲ ਉਤਸ਼ਾਹਿਤ ਕੀਤਾ ਰਿੰਪੀ ਬਾਂਸਲ ਨੇ, ਜਿਸ ਵਿੱਚ ਪਿਛਲੇ ਹੀ ਦਿਨ ਤੋਂ ਇੱਕ ਕ੍ਰਿਕਟ ਸੀਰੀਜ਼ ਚੱਲ ਰਹੀ ਸੀ, ਜਿਸ ਵਿੱਚ ਸਨੀ 11 ਟੀਮ ਨੇ ਸ਼ਾਨਦਾਰ ਖੇਡਦੇ ਹੋਏ ਜਿੱਤ ਪ੍ਰਾਪਤ ਕੀਤੀ। ਉੱਥੇ ਹੀ ਰਿੰਪੀ ਬਾਂਸਲ ਵੱਲੋਂ ਉਨ੍ਹਾਂ ਨੂੰ ਇਨਾਮ ਦੇ ਕੇ ਤੇ ਹੋਟਲ ਵਿੱਚ ਪਾਰਟੀ ਕਰਕੇ ਕ੍ਰਿਕਟ ਖਿਡਾਰੀਆਂ ਦਾ ਹੌਸਲਾ ਵਧਾਇਆ। ਪੰਜਾਬ ਵਿੱਚ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦਾ ਬੀੜਾ ਚੁੱਕਿਆ ਰਿੰਪੀ ਬਾਂਸਲ ਨੇ। ਮੇਰਾ ਰਿੰਪੀ ਬਾਂਸਲ, ਅੱਜ ਇਹ ਜਿਹੜਾ ਆਪਣਾ ਢੋਲ ਵੱਜਦਾ ਗਰਾਊਂਡ ਦੇ ਵਿੱਚ, ਖੁਸ਼ੀ ਦਾ ਮਾਹੌਲ ਆ ਜੀ, ਇਹਦਾ ਕੀ ਕਾਰਨ ਹੈ ਜੀ? ਇਹਦਾ ਕਾਰਨ ਹੈਗਾ ਬਾਈ, ਯਾਰ ਮੈਚ ਖੇਡ ਦਿਆਂਗੇ, ਜਿਹੜੀ ਟੀਮ ਜਿੱਤ ਜਾਂਦੀ ਹੈਗੀ ਉਹ ਆਪਦਾ ਖੁਸ਼ੀਆਂ ਦਾ ਮਾਹੌਲ ਕਰਦੀ ਹੈ, ਨਾਲ ਜਿਹੜੀ ਟੀਮ ਹਾਰਦੀ ਵੀ ਉਹ ਵੀ, ਕਿਉਂਕਿ ਦੋਨੇ ਟੀਮਾਂ ਇੱਕੋ ਹੀ ਨੇ। ਜਿਹੜੀ ਇਹ ਨੌਜਵਾਨੀ ਆ ਬਈ, ਇਹਨੂੰ ਬਚਾਉਣ ਵਾਸਤੇ ਕ੍ਰਿਕਟ ਮੈਚ ਰੋਜ਼ ਖੇਡੇ ਜਾਂਦੇ ਨੇ ਇੱਥੇ। ਮੇਰਾ ਨਾਮ ਜਗਤਾਰ ਸਿੰਘ ਬਾਜਵਾ ਗਾ। ਇੱਥੇ ਜੋ ਵੀ ਸੀਰੀਜ਼ ਲੱਗ ਰਹੀ ਆ ਉਹ ਚਾਚਾ ਜੀ ਦੀ ਬਦੌਲਤ ਲੱਗ ਰਹੀ ਆ। ਘੱਟੋ ਘੱਟ 35 ਤੋਂ 40 ਜਣਿਆਂ ਨੂੰ ਦਿੱਲੀ ਖੜਾ ਰਹੇ ਨੇ, ਨਸ਼ਾ ਤੋਂ ਮੁਕਤ ਕਰ ਰਹੇ ਨੇ। ਇੱਥੇ ਸਾਨੂੰ ਦੇਖ ਕੇ ਛੋਟੇ ਛੋਟੇ ਬੱਚੇ ਵੀ ਆਕਰਸ਼ਿਤ ਹੋ ਰਹੇ ਨੇ ਵੀ ਅਸੀਂ ਵੀ ਖੇਡੀਏ, ਇੰਜੋਏ ਵੀ ਕਰਦੇ ਹਾਂ, ਲੜਦੇ ਵੀ ਹਾਂ, ਖੇਡਦੇ ਵੀ ਹਾਂ, ਖਾਣੇ ਪੀਣੇ ਵੀ ਹਾਂ, ਸਿਹਤ ਵੀ ਵਧੀਆ ਰਹਿੰਦੀ ਆ। ਵੀ ਜਦੋਂ ਅੱਜ ਦੀ ਨੌਜਵਾਨੀ ਆ ਫੋਨ ਦੇ ਵਿੱਚ ਨਸ਼ੇ ਦੇ ਵਿੱਚ ਵੜ ਕੇ ਆਪਦੀ ਜ਼ਿੰਦਗੀ ਖਰਾਬ ਕਰ ਰਹੀ ਆ, ਉਹ ਗਰਾਊਂਡਾਂ ਦੇ ਵਿੱਚ ਆ ਕੇ ਆਪਦੀ ਸਿਹਤ ਫਿੱਟ ਰੱਖੇ, ਖੇਡੇ, ਇੰਜੋਏ ਕਰੇ ਤੇ ਮਾਈਂਡ ਫਰੈਸ਼ ਰੱਖੇ।